ਸਟਾਫ ਟਰੈਵਲ ਨੇ ਖੁਲਾਸਾ ਕੀਤਾ ਹੈ ਕਿ ਗਲੋਬਲ ਇੰਜਨ ਦੀ ਕਾਢ ਦੇ ਵਿਚਕਾਰ 에ਅਰ ਨਿਊਜ਼ੀਲੈਂਡ ਨੂੰ ਦੋ ਜਹਾਜ਼ਾਂ ਨੂੰ ਜ਼ਮੀਨ ਤੇ ਉਤਾਰਨ ਤੋਂ ਬਾਅਦ ਲਗਭਗ 1,50,000 ਯਾਤਰੀਆਂ ਦੀਆਂ ਉਡਾਨਾਂ ਪ੍ਰਭਾਵਿਤ ਹੋਣਗੀਆਂ। ਜ਼ਿਆਦਾਤਰ ਪ੍ਰਭਾਵਿਤ ਯਾਤਰੀਆਂ ਦੀਆਂ ਉਡਾਨਾਂ ਉਹਨਾਂ ਦੀ ਅਸਲ ਰਵਾਨਗੀ ਦੇ 90 ਮਿੰਟ ਦੇ ਅੰਦਰ ਅੰਦਰ ਤਬਦੀਲ ਹੋ ਜਾਣਗੀਆਂ। ਇਹ ਸਮੱਸਿਆ ਪ੍ਰੈਂਟ ਅਤੇ ਵਿਟਨੀ ਇੰਜਨਾਂ ਦੀ ਵਿਸ਼ਵ ਵਿਆਪੀ ਕਾਢ ਕਰਨ ਆਈ ਹੈ, ਜੋ ਏਅਰਲਾਈਨ ਦੇ A320NEO ਅਤੇ A321NEO ਜਹਾਜ਼ਾਂ ਦੇ ਫਲਾਈਟ ਨੂੰ ਪਾਵਰ ਦਿੰਦੇ ਹਨ। ਇਹ ਜਹਾਜ਼ ਆਸਟ੍ਰੇਲੀਆ, ਪੂਰੇ ਪ੍ਰਸ਼ਾਂਤ ਅਤੇ ਘਰੇਲੂ ਤੌਰ ਤੇ ਘੱਟ ਦੂਰੀ ਵਾਲੇ ਰੂਟਾਂ ਤੇ ਵਰਤੇ ਜਾਂਦੇ ਹਨ। ਏਅਰ ਨਿਊਜ਼ੀਲੈਂਡ ਵਿਖੇ ਇੰਜੀਨੀਅਰਿੰਗ ਅਤੇ ਰੱਖ ਰਖਾਅ ਦੇ ਗਰੁੱਪ ਜਨਰਲ ਮੈਨੇਜਰ ਬ੍ਰੈਡ ਡੈਲੀ ਨੇ ਸਟਫ ਟਰੈਵਲ ਨੂੰ ਸਮਝਾਇਆ ਹੈ ਕਿ ਜ਼ਰੂਰੀ ਤੌਰ ਤੇ ਸਾਡੇ ਕੋਲ ਲੋੜੀਂਦੇ ਇੰਜਣ ਨਹੀਂ ਹਨ। ਹੋਰ ਏਅਰਲਾਈਨਾਂ ਨੂੰ ਵੱਡੇ ਪੱਧਰ ਤੇ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 28 ਏਅਰਲਾਈਨਾਂ ਵਿੱਚੋਂ ਦੁਨੀਆ ਭਰ ਵਿੱਚ ਲਗਭਗ 100 ਜਹਾਜ਼ ਪ੍ਰਭਾਵਿਤ ਹੋਏ ਹਨ। ਤਬਦੀਲੀਆਂ ਦਾ ਮਤਲਬ ਹੈ ਕਿ ਲਗਭਗ 4,000 ਲੋਕ ਆਪਣੇ ਸਕੈਜੂਅਲ ਦਿਨ ਤੋਂ ਉਡਾਨ ਨਹੀਂ ਭਰ ਸਕਣਗੇ।